ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵਿਧਾਨ ਸਭਾ ਵੱਲ ਕੂਚ ਕਰਨ ਦੀ ਤਿਆਰੀ ਕੀਤੀ ਗਈ। ਇਸ ਤੋਂ ਬਾਅਦ ਅਧਿਕਾਰੀਆਂ ਨਾਲ ਮੀਟਿੰਗ ਹੋਈ। ਮੀਟਿੰਗ ਵਿੱਚ ਰੋਸ ਮਾਰਚ ਦੀ ਸਹਿਮਤੀ ਬਣ ਗਈ। ਕਿਸਾਨਾਂ ਦਾ ਰੋਸ ਮਾਰਚ ਮਟਕਾ ਚੌਂਕ ਤੱਕ ਹੀ ਗਿਆ। ਇਸ ਮੌਕੇ 1000 ਕਿਸਾਨਾਂ ਨੂੰ ਹੀ ਜਾਣ ਦੀ ਪ੍ਰਵਾਨਗੀ ਮਿਲੀ। ਮਟਕਾ ਚੌਂਕ ਤੋਂ ਅੱਗੇ 11 ਮੈਂਬਰੀ ਵਫਦ ਨੇ ਸਰਕਾਰ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਕਿਸਾਨਾਂ ਦਾ ਕਹਿਣਾ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਵਿਧਾਨ ਸਭਾ ਵੱਲ ਜਾਣਾ ਚਾਹੁੰਦੇ ਸੀ, ਪਰ ਅਧਿਕਾਰੀਆਂ ਨੇ ਮਟਕਾ ਚੌਂਕ ਤੱਕ ਰੋਸ ਮਾਰਚ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਉਹਨਾਂ ਦਾ ਕਹਿਣਾ ਸੀ ਕਿ ਅੱਗੇ ਸਰਕਾਰ ਦੇ ਨੁਮਾਇੰਦਿਆਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਉਹਨਾਂ ਨੇ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਵੀ ਅਪੀਲ ਕੀਤੀ। ਅੱਜ ਜਿਹੜਾ ਆਪਾਂ ਇੱਥੇ ਮੰਗ ਪੱਤਰ ਦੇ ਕੇ ਚੱਲੇ ਆ, ਇਹਦੇ ਵਿੱਚੋਂ ਬਹੁਤ ਕੁਝ ਨਿਕਲੇਗਾ, ਬਹੁਤ ਕੁਝ ਹਾਸਲ ਹੋ ਜੂਗਾ। ਇੰਨੀ ਛੇਤੀ ਇਹ ਆਸ ਨਾ ਕਰੋ, ਕਿਉਂਕਿ ਜਿਹੜੀ ਭਗਵੰਤ ਮਾਨ ਸਰਕਾਰ ਹੈ, ਸਮਝ ਕਿਤੇ ਟਕਰਾਉਣੀ ਨਹੀਂ ਚਾਹੀਦੀ। ਫਿਰ ਟਕਰਾ ਕਿੱਥੇ ਆ ਰਿਹਾ? ਪੱਗ ਦੇਖ ਕੇ ਮੀਡੀਆ ਵਾਲੇ ਸਾਥੀ ਸਾਨੂੰ ਸਵਾਲ ਕਰ ਦਿੰਦੇ ਨੇ ਕਿ ਜੇ ਸੰਗਰੂਰ ਦੇ ਵਿੱਚ ਆਪ ਦਾ ਨੁਮਾਇੰਦਾ ਜਿੱਤਿਆ, ਇਹਦਾ ਮਤਲਬ ਉਗਰਾਹਾਂ ਵਾਲੀ ਜਥੇਬੰਦੀ ਨੇ ਵੋਟਾਂ ਨਾਲ ਜਿੱਤ ਗਿਆ। ਉਡਾ ਤਾਂ ਉਹਨਾਂ ਨੂੰ ਗੱਲ ਦੀਦੀ ਹੈ ਵੀ ਜਿਹੜੀਆਂ ਪਿੱਛੇ ਛੀਲੋ ਗਦਾਮਾਂ ਨੂੰ ਮੰਡੀਆਂ ਚ ਤਬਦੀਲ ਕਰਤਾ, ਇਹ ਬੀਜੇਪੀ ਵੀ ਇਹੀ ਕਹਿੰਦੀ ਸੀ, ਇਹ ਕਾਂਗਰਸ ਵਾਲੇ ਵੀ ਇਹੀ ਕਰਦੇ ਸੀ, ਅਕਾਲੀ ਵੀ ਇਹੀ ਕਰਦੇ ਸੀ। ਉਹੀ ਨੀਤੀਆਂ ਫਿਰ ਮਾਨ ਸਾਹਿਬ ਨੇ ਲਾਗੂ ਕਰਤੀਆਂ, ਵਿਰੋਧ ਹੋਇਆ, ਬਹਿਸ ਹੋ ਗਈਆਂ। ਆ ਪਿੱਛੇ ਜੇ ਕੁਛ ਦਿਨ ਹੋਏ ਨੇ, 8 ਸਰਕਾਰੀ ਕਾਲਜ ਖੁਦ ਮੁਖਤਿਆਰੀ ਦੇਤੀ, ਕਹਿੰਦੇ ਇਹਨਾਂ ਨੂੰ ਗਡਗਰੀ ਬੋਲ ਰਿਹਾ। ਉਹੀ ਬੋਲੀ ਸੁਖਬੀਰ ਦੀ ਹੈ ਤੇ ਉਹੀ ਪਿੰਡ ਦਾ ਭਗਵੰਤ ਮਾਨ ਦਾ। ਪਿਛਲੇ ਦਿਨੀ ਮਲੇਰਕੋਟਲੇ ਦੇ ਕੋਲ ਦੀ ਲੰਘ ਗਿਆ ਜਿਹੜੀ ਭਾਰਤ ਵਾਲਾ ਪ੍ਰੋਜੈਕਟ ਜਿਹਨੂੰ ਖਟੜਾ ਐਕਸਪ੍ਰੈਸ ਕਹਿੰਦੇ ਆ, ਅੰਮ੍ਰਿਤਸਰ ਖਟੜਾ, ਉੱਥੇ ਰਾਤ ਨੂੰ ਗੱਲ ਹੁੰਦੀ ਆ ਦਿਨੇ ਡੀਕੇਯੂ ਨਾਲ ਕਿ ਬਹਿ ਕੇ ਮਸਲਾ, ਭਾਰਤ ਮਾਨ ਦੀ ਸਰਕਾਰ ਆ ਭਾਰਤ ਵਾਲਾ ਪ੍ਰੋਜੈਕਟ ਦੀਆਂ ਸੜਕਾਂ ਨੇ, ਜਿਹੜੀ ਸੜਕ ਦੇ ਉੱਤੇ ਆਪਾਂ ਤੀਜੇ ਦਿਨ ਕਬਜ਼ਾ ਮੁੜ ਕੇ ਕੀਤਾ ਉਸ ਜ਼ਮੀਨ ਤੇ, 4 ਜ਼ਿਲ੍ਹੇ ਲਾਏ ਕਿ ਮਲੇਰਕੋਟਲੇ ਦੀ ਭਾਰਤ ਮਾਲਾ ਪ੍ਰੋਜੈਕਟ ਵਾਲੀ ਜ਼ਮੀਨ ਹੋਰ ਨਾ ਨੱਪੀ ਹੈ, ਉੱਥੇ ਮੁੜ ਕੇ ਕਬਜ਼ਾ ਕੀਤਾ ਜਾਵੇ। ਉੱਥੇ ਜਿਸ ਤਰੀਕੇ ਨਾਲ ਟਾਟਾ ਸਟੀਲ ਕੰਪਨੀ ਨੂੰ ਬੁਲਾਇਆ, ਆ ਜਾਓ ਜੀ ਪੂੰਜੀ ਨਿਵੇਸ਼ ਕਰੋ, ਇੱਕ ਪੂਨੇ ਦੀ ਕੰਪਨੀ ਨੂੰ ਸੱਦਾ ਦਿੱਤਾ, ਯਾਨੀ ਜੇ ਪੂੰਜੀ ਕੋਈ ਲਾਉਣ ਆਉਂਦਾ ਇੱਥੇ, ਕਿਹਾ ਜਾਂਦਾ ਕਿ ਇਹ ਜਿਹੜੀਆਂ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਨੇ, ਇਹਦੇ ਨਾਲ ਪੰਜਾਬ ਦੇ 12 ਨੇੜੇ ਹੋ ਜਾਣਗੇ। ਜਿਹੜਾ ਰਾਜਪੁਰੇ ਨੂੰ ਸੰਤੀ ਸ਼ਹਿਰ ਬਣਾਉਣਾ ਹੈ, ਉਹ ਰੇਲਾਂ ਰਾਹੀਂ ਲੈ ਕੇ ਜਾਣਾ, ਬੰਦਰਗਾਹਾਂ ਤੇ ਪਹੁੰਚਾਉਣਾ, ਉੱਥੋਂ ਆਪਦੇ ਦੇਸ਼ ਚ ਭੁੱਜਣਾ, ਉਹ ਤੋਂ ਬਿਨਾਂ ਪਾ ਲੈਣਾ। ਇਹਦੀ ਖਾਤਰ ਰੇਲਾਂ ਕੱਢੀਆਂ ਸੀ। ਇਸੇ ਤਰ੍ਹਾਂ ਇੱਥੇ ਪੰਜਾਬ ਘੱਟੋ ਘੱਟ 7 ਡੈਂਪ ਕੌਮੀ ਸ਼ਾਹ ਮਾਰਗ ਦੇ ਕੋਲੇ ਬਣ
1000 ਏਕੜ ਜ਼ਮੀਨ ਕਹਿ ਕਰਨੀ ਹੈ ਜਿੱਥੇ ਡੰਪ ਹੋਊਗਾ ਉੱਥੇ ਵੱਡਾ ਸ਼ਾਪਿੰਗ ਮਾਲ ਉੱਥੇ ਵੱਡੇ ਰੈਸਟੋਰੈਂਟ ਕਾਰਪੋਰੇਟਾਂ ਨੇ ਪੰਜਾਬ ਦੇ ਵਿੱਚ ਆਪਦੇ ਅੱਡੇ ਜਮਾਉਣੇ ਨੇ ਉਹ ਅੱਡੇ ਬਣਨ ਜਾ ਰਹੇ ਨੇ ਸਾਡੀ ਕਿਸੇ ਦੀ ਮੰਗ ਨਹੀਂ ਹੈ ਕਿ ਭਾਰਤ ਮਾਲਾ ਪ੍ਰੋਜੈਕਟ ਦੀ ਸੜਕ ਹੋਵੇ ਅਸੀਂ ਕਦੇ ਡਿਮਾਂਡ ਨਹੀਂ ਕੀਤੀ ਕਿ ਸਾਡਾ ਇਹਨਾਂ ਸੜਕਾਂ ਨਾਲ ਸਰਦਾ ਨਹੀਂ ਸਾਨੂੰ ਚੌੜੀਆਂ ਸੜਕਾਂ ਦੇ ਦਿਓ ਕਹਿੰਦੇ ਨੇ ਕਿ ਆਹ ਚੌੜੀਆਂ ਸੜਕਾਂ ਤੇ ਤੁਹਾਡੀਆਂ ਗੱਡੀਆਂ ਵਧੀਆ ਚੱਲਿਆ ਕਰਨ ਕਾਰ ਬੈਂਕ ਨੂੰ ਅਤੇ ਕਾਰਪੋਰੇਟ ਘਰਾਣਿਆਂ ਨੂੰ ਬਾਹਰ ਕਰੋ ਸਾਡੀ ਪਹਿਲੀ ਮੰਗ ਹੈ ਇਹ ਤੇ ਉਹ ਮੰਗ ਬੁਨਿਆਦੀ ਮੰਗ ਹੈ ਕਿਸਾਨ ਮਜ਼ਦੂਰਾਂ ਦੀ ਤੇ ਵਾਤਾਵਰਨ ਨਾਲ ਸੰਬੰਧੀ ਖੇਤੀ ਨੀਤੀ ਲਾਗੂ ਕਰੋ ਇਹ ਸਾਡੀ ਬੁਨਿਆਦੀ ਮੰਗ ਹੈ ਕਿਸਾਨਾਂ ਮਜ਼ਦੂਰਾਂ ਕੋਲੇ